ਨਾ ਮੇਰੇ ਰਿਆਈ ਬੀਬੀ ਚਾਲ ਕੋਨਾ ਚ ਰਹਿਨੇ ਆ ਛੋਟਿਆਂ ਦਾ ਤੇ ਬਾਪ ਵੀ ਫੌਤ ਹੋ ਗਿਆ ਮਾਂ ਵੀ ਫੌਤ ਹੋ ਗਈ ਕੋਈ ਨਹੀਂ ਸੀ ਬਸ ਐਵੇਂ ਜ਼ਰੀਆ ਬੰਦਾ ਖਾਵੰਦ ਮੇਰਾ ਹੋਏ ਬਸ ਨਾ ਹੋਏ ਵਰਗਾ ਹੀ ਤੇ ਬੰਦਾ ਮੇਰਾ ਲਈ ਭਰਦਾ ਸੀ ਤੇ ਬੱਚੇ ਮੇਰੇ ਨੇ ਉਹ ਆਦਾ ਮਹੀਨਾ ਸਾਰ ਰਹਿੰਦਾ ਪਹਿਲੇ ਸਾਲ ਦੋ ਸਹੀ ਰਿਹਾ ਫਿਰ ਉਹ ਨਹੀਂ ਸਹੀ ਰਿਹਾ ਮੇਰੇ ਨਾਲ ਵਾਲਾ ਲਗਾ ਟੁਰੇ ਫਿਰਦਾ ਨਸ਼ਾ ਪਾਣੀ ਕਰ ਲੈਂਦਾ ਪਹਿਲਾਂ ਤਾਂ ਆਉਂਦਾ ਨਹੀਂ ਤਾਂ ਜਾਂ ਆਉਂਦਾ ਬਹਿਰਾ ਰੋਜ਼ ਦੋ ਰਾਪ ਕਰ ਲੈਣੀ ਨਹੀਂ ਹੁੰਦਾ ਤਾਂ ਫਿਰ ਬਹਿਰ ਹੀ ਨਹੀਂ ਸਾ ਮਸਜਿਦ ਤੇ ਪਤਾ ਲੱਗਾ ਲਾਣ ਹੋਇਆ ਸੀ ਤਾਂ ਮੈਂ ਐਵੇਂ ਭੱਜਦੀ ਆਈ ਹਾਂ ਟੁਰੀ ਆਈ ਹਾਂ ਬੱਚੇ ਨਿੱਕਿਆ ਨੇ ਮਾਂ ਇਹ ਕੀ ਲਾਣ ਪਿਆਉਂਦਾ ਮੈਂ ਚਲੋ ਆਪਾਂ ਚਲੇ ਜੇ ਕੋਈ ਥੋੜ੍ਹਾ ਤਰੀਕਾ ਹੀ ਆ ਜਾਏਗਾ ਕੋਈ ਸਾਹ ਵੀ ਆ ਜਾਵੇ ਕੁਛ ਸਿੱਖ ਲਾਂ ਦੀ ਮੈਂ ਐਵੇਂ ਮਥਾਜ ਹੀ ਫਿਰਨੀ ਆ ਸਾਰਿਆਂ ਦੀ ਬਸ ਐਵੇਂ ਦਿਲ ਕਰ ਪਿਆ ਸੀ ਮੈਂ ਵੀ ਪੜ੍ਹ ਲਵਾਂ ਵੀ ਆਹਦੀ ਉਮਰ ਐਵੇਂ ਹੀ ਗਵਾ ਲਈਏ ਕੋਈ ਕੋਈ ਕੰਮ ਥੋੜ੍ਹਾ ਬਹੁਤਾ ਪੜ੍ਹ ਲਾਂ ਦੀ ਕੋਈ ਅਕਲ ਆ ਜਾਏਗੀ ਤੋ ਅੱਗੋਂ ਆਈਆਂ ਬਾਜੀ ਨੇ ਮੈਨੂੰ ਕਿਤਾਬਾਂ ਦੇ ਦਿੱਤੀਆਂ ਤਾਂ ਜਿਵੇਂ ਆਪਦਾ ਆ ਜਾਣਾ ਰੋਜ਼ ਨਾ ਤੋ ਤਾਂ ਸਫਾਈ ਸਫੂਈ ਕਰਤੇ ਬੱਚਿਆਂ ਦੀ ਤਾਂ ਆ ਜਾਣਾ ਉਹਨੂੰ ਘੰਟਾ ਦੋ ਪੜ੍ਹਾਉਣਾ ਕਰਨਾ ਪੜ੍ਹਾ ਤੇ ਉਹਨੇ ਸਰ ਪਿੰਸਣਾ ਵੀ ਕਾਪੀਆਂ ਵੀ ਸਾਰਾ ਕੁਛ ਦਿੱਤਾ ਉਹਨੇ ਰੇਜਰ ਰੁਜਰ ਸਾਰਾ ਕੁਛ ਦੇ ਦਿੱਤਾ ਉਹਨੇ ਹਾਲੇ ਇਸ ਤਰ੍ਹਾਂ ਤਰੀਕਾ ਕਰਨਾ ਹੀ ਤਾਂ ਅਸੀਂ ਚਲਾਉਣਾ ਕਰਨਾ ਹੀ ਪਹਿਲਾਂ ਤਾਂ ਮੈਂ ਹੁਣ ਤੱਕ ਦਾ ਹੀ ਲਵਾਉਣ ਦੀ ਰੀਸਾਂ ਤੋਂ ਹੋਣ ਕਿਦਾਂ ਦਾ ਪੜ੍ਹਨ ਲੱਗੀ ਹੁਣ ਥੋੜ੍ਹਾ ਬਹੁਤਾ ਆ ਗਿਆ ਸਹੀ ਅੱਛਾ ਹੋ ਗਿਆ ਕੰਮ ਸਿੱਧਾ ਥੋੜ੍ਹਾ ਜਿਹਾ ਹੋਇਆ ਹੀ ਜਾਂਦਾ ਸ਼ਬਦਾਂ ਲੈਣ ਚਲੀ ਜਾਂ ਸਸ ਨਹੀਂ ਸਮਝੇ ਤਾਂ ਕਿਦਾਂ ਦੇ ਗਾਂਵ ਪੜ੍ਹਨ ਲੱਗੀਆਂ ਉਦੋਂ ਦਾ ਮੈਨੂੰ ਸਾਫ ਸਹੀ ਆ ਗਿਆ ਵੇ ਲੋਕ ਗਾਂਵ ਦੱਸਦੇ ਹੀ ਨਹੀਂ ਸਨ ਦੱਸਣਾ ਦੇਣਾ ਹਜ਼ਾਰ ਅਥਵਾ ਸਾ 500 ਤੋਂ ਦਿੱਤਾ ਮੈਨੂੰ ਤਾਂ ਮੈਂ ਸਹੀ ਇਹ ਕੀ ਚੱਕਰ ਲੱਗਿਆ ਖਾਲਸਾ ਥੋੜ੍ਹੀ ਸਮਝ ਆ ਜਾਂਦੀ ਸੀ ਥੋੜ੍ਹੀ ਜਿਹੀ ਨਹੀਂ ਸੀ ਆ ਥੋੜ੍ਹਾ ਅੱਗੇ ਨਹੀਂ ਸੀ ਆਉਣਾ ਤਾਂ ਹੁਣ ਥੋੜ੍ਹਾ ਜਿਹਾ ਆ ਗਿਆ ਤਰੀਕਾ ਮੈਨੂੰ ਕਰਨਾ ਵੀ ਆਹ 100 ਦਾ ਆਇਆ 50 ਦਾ ਆਇਆ 300 ਦਾ ਆਇਆ 400 ਦਾ ਆਇਆ 500 ਦਾ ਆਇਆ ਵੇ ਉਹ ਬਹੁਤਾ ਲਿਆ 5-4 ਸਾਲ ਹੋ ਗਏ ਮਤਲਬ ਮੱਝ ਦਿੱਤੀ ਸੀ ਉਹਨੇ ਥੋੜ੍ਹੀ ਬਹੁਤ ਖੇਚਲ ਕੀਤੀ ਉਹ ਦੁੱਧ ਦਿਨ ਦੇ ਦੀਦਾ ਸੀ 5000 ਸੇ ਰੱਖ ਲੈਂਦੇ ਸੂਰਾ ਦੇਣੇ ਵੀ ਸਾਡਾ ਸੌਦਾ ਪਾਣੀ ਲੈ ਆਵਾਂ ਕਰਾਂਗੇ ਚੱਲਦਾ ਰਿਹਾ ਥੋੜ੍ਹਾ ਜਿਹਾ ਹੁਣ ਮਾਸ਼ਾਲਾ ਦੁੱਧ ਜੇ ਚੱਲ ਪਿਆ ਵੇ ਅੱਗੇ ਦੁੱਧ ਆਉਂਦਾ ਸੀ ਤੇ ਦੁੱਧ ਉਦੋਂ ਲਿਖ ਲੈਣਾ ਸੀ ਧੋਣ ਕਿਦੋਂ ਦਾ ਉਹ ਆਉਣ ਲੱਗ ਪਿਆ ਤਾਂ ਮੈਂ ਹਿਸਾਬ ਲਿਖ ਦੇਣਾ ਵੀ ਆਹ ਇੰਨੀਆਂ ਦਿੱਤਾ ਦੁੱਧ ਤਾਂ ਮੈਂ ਇੰਨਾ ਦਿੱਤਾ ਵੇ ਤੇ ਤੂੰ ਆ ਪਿੱਛੇ ਤਾਂ ਮੈਨੂੰ ਦੱਸਦਾ ਹੀ ਨਹੀਂ ਸੀ ਸਹੀ ਹੁਣ ਮੈਨੂੰ ਥੋੜ੍ਹਾ ਬਹੁਤਾ ਤਰੀਕਾ ਆ ਗਿਆ ਵੇ ਹੁਣ ਉਹ ਆਉਂਦਾ ਤੂੰ ਖੁਦ ਸਿਆਣੀ ਹੋ ਗਈ ਅੱਗੇ ਤਾਂ ਐਵੇਂ ਹੀ ਸੈਂ ਦਾਦੂ ਲਾ ਜਾਂਦੇ ਸਨ ਤਾਂ ਹੁਣ ਤਾਂ ਤੈਨੂੰ ਖਰੇ ਕਿੰਨੇ ਤੈਨੂੰ ਪੜ੍ਹਾ ਦਿੱਤਾ ਤਾਂ ਖਾ ਦਿੱਤਾ ਹੁਣ ਤੈਨੂੰ ਸਹੀ ਅੱਛੀ ਤੁਰ ਪਈ ਹੈ ਅਸਤੇ ਵੀ ਆਪਦਾ ਲਾ ਲੁਲ ਜਾਂਦੇ ਸਦਾ ਨਾ ਬਾਅਦ ਫਿਰ ਮਾਹੌਲ ਕਰਤਾ ਸੀ ਹੁਣ ਸਹੀ ਤਰੀਕਾ ਆ ਗਿਆ ਥੋੜ੍ਹਾ ਥੋੜ੍ਹਾ ਬਹੁਤਾ ਬਾਜੀ ਨੇ ਕੁਛ ਸਿਖਾ ਦਾ ਕੋਈ ਆਪ ਘਰ ਕੁਰ ਲਈਦਾ ਖਾਣਾ ਵੀ ਤਰੀਕੇ ਨਾਲ ਪਕਾ ਲੈਣੀ ਸਫਾਈ ਵੀ ਕਰ ਲੈਣੀ ਬੱਚਿਆਂ ਦੀ ਵੀ ਘਰ ਕੁਰ ਲੈਂਦੀ ਹਾਂ ਬੱਚੇ ਆਉਂਦੇ ਨੇ ਵੀ ਹੁਣ ਥੋੜ੍ਹਾ ਜਿਹਾ ਤਰੀਕਾ ਮਾਂ ਤੈਨੂੰ ਆਇਆ ਜਾਂਦਾ ਵੇ